ਇੱਕ ਸੁਸਾਇਟੀ ਦੇ ਸਿਕਿਉਰਿਟੀ ਗਾਰਡ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਜਦੋਂ ਉਸਨੇ ਇੱਕ ਨੌਜਵਾਨ ਨੂੰ ਅੰਦਰ ਜਾਣ ਤੋਂ ਮਨਾ ਕੀਤਾ ਤਾਂ ਗੁੱਸੇ ਦੇ ਵਿੱਚ ਆਏ ਨੌਜਵਾਨ ਨੇ ਆਪਣੇ ਨਾਲ ਕਈ ਮੁੰਡਿਆਂ ਨੂੰ ਲੈ ਕੇ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਸਿਕਿਉਰਿਟੀ ਗਾਰਡ ਦੇ ਉੱਤੇ ਹਮਲਾ ਕਰ ਦਿੱਤਾ। ਲਾਠੀ ਡੰਡਿਆਂ ਦੇ ਨਾਲ ਸਿਕਿਉਰਿਟੀ ਗਾਰਡ ਨੂੰ ਕੁੱਟਿਆ ਗਿਆ ਤੇ ਜ਼ਖਮੀ ਹਾਲਤ ਦੇ ਵਿੱਚ ਹੁਣ ਸਿਕਿਉਰਿਟੀ ਗਾਰਡ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸੁਸਾਇਟੀ ਦੇ ਵਿੱਚ ਜੋ ਉਸਦਾ ਗੇਟ ਨੰਬਰ ਸੀ ਉੱਥੇ 8 ਵਜੇ ਤੋਂ ਬਾਅਦ ਐਂਟਰੀ ਬੰਦ ਹੋ ਜਾਂਦੀ ਹੈ ਤੇ ਸਿਕਿਉਰਿਟੀ ਗਾਰਡ ਦੇ ਵੱਲੋਂ ਜਦੋਂ ਇੱਕ ਨੌਜਵਾਨ ਸਾਈਕਲ ਤੇ ਅੰਦਰ ਜਾਣ ਲੱਗਿਆ ਤਾਂ ਉਸ ਨੂੰ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਤੇ ਉਸਨੇ ਕਿਹਾ ਕਿ ਉਹ ਦੂਸਰੇ ਗੇਟ ਤੋਂ ਹੁਣ ਇਸ ਸੁਸਾਇਟੀ ਦੇ ਵਿੱਚ ਐਂਟਰੀ ਕਰੇ। ਪਰ ਇੰਨੇ ਦੇ ਵਿੱਚ ਉਹ ਨੌਜਵਾਨ ਗੁੱਸੇ 'ਚ ਆ ਗਿਆ ਤੇ ਫਿਰ ਉਹ ਵਾਪਸ ਮੁੜ ਜਾਂਦਾ, ਜਿਸ ਤੋਂ ਬਾਅਦ ਉਹ ਆਪਣੇ ਨਾਲ ਕੁਝ ਹੋਰ ਨੌਜਵਾਨਾਂ ਨੂੰ ਲੈ ਕੇ ਆਉਂਦਾ ਜੋ ਕਿ ਲਾਠੀ ਡੰਡਿਆਂ ਦੇ ਨਾਲ ਲੈਸ ਹੋ ਕੇ ਆਏ ਸੀ ਤੇ ਆਉਂਦੇ ਸਾਰ ਹੀ ਸਿਕਿਉਰਿਟੀ ਗਾਰਡ ਤੇ ਹਮਲਾ ਕਰ ਦਿੱਤਾ ਜਾਂਦਾ, ਜਿਸ ਦੇ ਵਿੱਚ ਸਿਕਿਉਰਿਟੀ ਗਾਰਡ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤੇ ਇਸੇ ਦੌਰਾਨ ਜਦੋਂ ਸਿਕਿਉਰਿਟੀ ਗਾਰਡ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 5 ਤੋਂ 6 ਨੌਜਵਾਨ ਨਜ਼ਰ ਆ ਰਹੇ ਨੇ। ਉਹਨਾਂ ਦੇ ਵੱਲੋਂ ਜੋ ਸਿਕਿਉਰਿਟੀ ਗਾਰਡ ਦਾ ਕਮਰਾ ਹੁੰਦਾ ਪਹਿਲਾਂ ਤਾਂ ਉੱਥੇ ਤੋੜਭੰਨ ਕੀਤੀ ਗਈ ਤੇ ਫਿਰ ਜੋ ਬੈਰੀਕੇਡ ਲਗਾ ਰੱਖੇ ਸੀ ਉਹਨਾਂ ਨੂੰ ਵੀ ਦਾਤ ਦੀ ਮਦਦ ਦੇ ਨਾਲ ਫਾੜ ਦਿੱਤਾ ਤੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ ਤੇ ਸਿਕਿਉਰਿਟੀ ਗਾਰਡ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਅੱਛਾ ਤੇ ਤੁਸੀਂ ਕਹਿ ਰਹੇ ਪਹਿਲਾਂ ਸਾਈਕਲ 'ਤੇ ਆਏ ਸੀ ਮੁੰਡੇ ਫਿਰ ਮੋਟਰਸਾਈਕਲ 'ਤੇ? ਹਾਂ, ਕਿੰਨਾਂ ਨੂੰ ਰੁਕਿਆ ਵੀ ਸਾਈਕਲ 'ਤੇ ਜੀ? ਠੀਕ ਹੈ, ਅਤੇ ਹੁਣ ਪੁਲਿਸ ਨੂੰ ਸੂਚਿਤ ਕੀਤਾ? ਹਾਂ, ਇੱਥੇ ਕੀਤਾ ਮੈਂ। ਇੱਥੇ ਪੁਲਿਸ ਨੂੰ ਸੂਚਿਤ ਕੀਤਾ, ਕੀ ਮੰਗ ਕੀ ਕਰਦੇ ਹੋ? ਆਪਾਂ ਕਾਰ ਦਾ ਲੋਨ ਨਹੀਂ ਹੁਣ ਮੈਂ। ਠੀਕ।